ਸੋ ਵਿਦੇਸ਼ਾਂ ਦੀ ਓਨਟਾਰੀਓ ਪੁਲਿਸ ਵਿੱਚ ਹੁਣ ਫੜੇਗੀ ਚੋਰਾਂ ਨੂੰ ਇਸ ਤਰ੍ਹਾਂ ਕਿ ਤੁਸੀਂ ਵੀ ਦੇਖ ਕੇ ਹੋ ਜਾਓਗੇ ਹੈਰਾਨ। ਲਗਾਤਾਰ ਲੱਖਾਂ ਮਿਲੀਅਨ ਖਰਚੇ ਜਾਣਗੇ, ਇਹਨਾਂ ਪੈਸੇ ਦੇ ਨਾਲ ਖਰੀਦੇ ਜਾਣਗੇ 5 ਵੱਡੇ ਹੈਲੀਕਾਪਟਰ ਜੋ ਕਿ ਲੁਟੇਰਿਆਂ ਨੂੰ ਚੋਰਾਂ ਨੂੰ ਜਿਹੜੇ ਕਿ ਵਾਰਦਾਤ ਕਰਦੇ ਸੀ ਓਨਟਾਰੀਓ ਵਿੱਚ ਉਹਨਾਂ ਨੂੰ ਫੜਨ ਲਈ ਇਹ ਓਨਟਾਰੀਓ ਸਰਕਾਰ ਵੱਲੋਂ, ਸੂਬੇ ਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਗਾ। ਤੁਹਾਨੂੰ ਦੱਸ ਦਈਏ ਕਿ ਜੇ ਦੇਸ਼ ਦੀ ਗੱਲ ਕਰੀਏ ਭਾਰਤ ਦੀ ਤਾਂ ਇੱਥੇ ਵੀ ਬਹੁਤ ਜ਼ਿਆਦਾ ਕ੍ਰਾਈਮ ਹੈਗਾ ਆ, ਲੇਕਿਨ ਓਨਟਾਰੀਓ ਸ਼ਹਿਰ ਦੇ ਜਿਹੜੇ ਸੂਬੇ ਦੇ ਸ਼ਹਿਰ ਦੇ ਜਿਹੜੇ ਉੱਥੋਂ ਦੇ ਲੋਕਾਂ ਵੱਲੋਂ ਵੀ ਕਾਫੀ ਚਿਰ ਦੀ ਮੰਗ ਗਈ ਸੀ ਕਿ ਸਾਡੇ ਇਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵੱਧ ਚੁੱਕਾ ਗਾ, ਕਿ ਸਰਕਾਰ ਨੂੰ ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ ਗਾ। ਲੇਕਿਨ ਹੁਣ ਓਨਟਾਰੀਓ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਗਾ ਕਿ ਲੱਖਾਂ ਮਿਲੀਅਨ ਖਰਚ ਕੇ 5 ਹੈਲੀਕਾਪਟਰ ਫੜੇ ਜਾਣਗੇ ਜੋ ਕਿ ਬਹੁਤ ਜਲਦੀ ਖਰੀਦੇ ਜਾਣਗੇ ਔਰ ਇਸ ਕ੍ਰਾਈਮ ਨੂੰ ਘਟਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਗਾ ਕਿ ਸਾਡੇ ਕੋਲੋਂ ਕ੍ਰਾਈਮ ਕਰਨ ਵਾਲਿਆਂ ਨੂੰ ਵੇਟ ਕਰਨ ਦੇ, ਉਹਨਾਂ ਨੂੰ ਜਿਹੜੇ ਕਰਕੇ ਭਜਦੇ ਉਹਨਾਂ ਦੀ ਵੇਟ ਕਰਨ ਦੀ ਫੜਨ ਦੇ ਵਿੱਚ ਸਮਾਂ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਜਲਦੀ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ। ਉਹਦੇ ਲਈ ਹੈਲੀਕਾਪਟਰ ਇੱਕ ਵਧੀਆ ਰਸਤਾ ਹੈਗਾ ਆ, ਕਿਉਂਕਿ ਤੇਜ਼ ਹੁੰਦਾ ਆ ਉਹ ਨਾਲ ਦੇ ਨਾਲ ਸੇਫ ਹੁੰਦਾ ਆ। ਹੁਣ ਜਲਦ ਹੀ ਇਹ ਹੈਲੀਕਾਪਟਰ ਖਰੀਦੇ ਜਾਣਗੇ ਕਿ ਜਿਹੜਾ ਵੀ ਉੱਥੇ ਕ੍ਰਾਈਮ ਕਰੇਗਾ ਉਹਨੂੰ ਹੈਲੀਕਾਪਟਰ ਰਾਹੀਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਏਗਾ ਤੇ ਕ੍ਰਾਈਮ ਨੂੰ ਘਟਾਉਣ ਦੀ ਕੀਤੀ ਜਾਏਗੀ ਵੱਡੀ ਕੋਸ਼ਿਸ਼।